लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार, लोग जाने ही गीत है, लोग जाने ही गीत है, लोग जाने ही गीत है। लिखे डेहे से आए माया, खूब लिखे डेहे से आए माया, चलन आज के कल तुरों फरमाया, चलन आज के कल तुरों फरमाया, बिरथा जन्म तिना जिने नाम विसारिया, बिरथा जन्म तिना जिने नाम विसारिया, खेलन जग के एह मन हारिया, जुआ खेलन जग के एह मन हारिया, जीवन मरण सुख होए जिन्ना गुर पाया, जीवन मरण सुख होए नानक सच्चे सच सच समाया, एक ओंकार सतगुर प्रसाद राग आसा घर अठवें के काफी महला चौथा। चौथे पातशाह ने इस शब्द की तकीद अठवें घर विच गाउण दी करदे ने महाराज, ते नाल उच्चारण किया काफी। सूफी लोग ने जिहड़े उह काफियां गाउंदे ने, मुल्ले शाह दीआं काफियां आपां पढ़दे हां, ते महाराज आरंभता करदे ने कि परमात्मा एक है, एक रस है, सर्व व्यापक है, सतगुरु की कृपा द्वारा बख्शिश हुंदी, उहदी प्राप्ति हुंदी। आया मरन तुराहो हों मैं रोईए, गुरमुख नाम त्याए अस्थिर होईए। क्योंकि दुनिया ते सब तो वड्डा दुख जिहड़ा है वह मौत है, डर जर के मरन लिखाए मंडल में आए, जिन्नी चलन जाणिया से क्यों करें विथार। जिन्हां ने जान लिया ना कि जाना है, फिर वह बहुते खिलारे नहीं पाते, वह विस्थार नहीं करते। बिल्कुल आपां वेखदे हां कि जदों आपां लंबे सफर ते जाना होवे तां समान नाल उन्ना की चकीदा है जिहदे तों बगैर सरदा नहीं। ते जे आपां कहीए भी सारा घर का समान नाल लैके गड्डी चढ़ जाइए, फिर नहीं चढ़िया जाता। ते जिहड़े गुरमुख ने वह इस तरह ही रहिंदे ने संसार च तैयार बर तैयार कि कदों भी जाना पै सकता है। इस करके महाराज कहिंदे आया मरन तुराहो, तुरों है ते मौत, जिहड़ा उपजे है वह विणसेगा, जिहड़ा फुल खिड़िया है वह मुरझाएगा, जिहड़ा सूरज चढ़िया है वह डुबेगा। इस करके महाराज तुरों इत्थे जिंदगी का एक विस्थूर है। हौमै रोई है, इस करके हौमै अंदर मैं करके उहनूं छड्डना नहीं चाहुंदे, रोना मौत दई है, मौत करके रोई जाने बंदे। गुरमुख नाम ध्याए अस्थिर होई है, ते गुरु वाले बन के जो नाम नूं ध्याया तां स्थिर हो गया मन, मन ने मौत नूं कबूल लिया, क्योंकि मरना
ਜਿਉਣਾ ਬਹੁਤ ਪ੍ਰਕਾਰ ਹੈ ਅਤੇ ਗੁਰੂ ਨਾਨਕ ਪਾਤਸ਼ਾਹ ਵੀ ਕਹਿੰਦੇ ਨੇ ਕਿ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਭਨ ਕੀ ਰੇਣੁਕਾ ਤਾਓ ਆਓ ਹਮਾਰੇ। ਜੇ ਗੁਰੂ ਕੋਲ ਆਉਣਾ ਚਾਹੁੰਦਾ ਤਾਂ ਪਹਿਲਾਂ ਮਰ ਕੇ ਆਈ, ਅਤੇ ਜਿਨ੍ਹਾਂ ਨੂੰ ਮਰਨਾ ਆ ਗਿਆ, ਜਿਨ੍ਹਾਂ ਕੋਲ ਮਰਨ ਦੀ ਕਲਾ ਹੈ ਨਾ, ਜਿਉਣਾ ਵੀ ਉਹੀ ਜਾਣਦੇ ਨੇ। ਗੁਰਪੂਰੇ ਸਾਬਾਸ ਚੱਲਣ ਜਾਣਿਆ, ਲਾਹਾ ਨਾਮ ਸੋ ਸਾਰ ਸ਼ਬਦ ਸਮਾਣਿਆ। ਮਹਾਰਾਜ ਕਹਿੰਦੇ ਆਪਣੇ ਪੂਰੇ ਗੁਰੂ ਨੂੰ ਮੈਂ ਸ਼ਾਬਾਸ਼ ਦਿੰਦਾ ਜਿਹਦੇ ਕੋਲੋਂ ਅਸੀਂ ਚੱਲਣ ਜਾਣੇ ਹਾਂ, ਜਾਣ ਲਿਆ ਕਿ ਇੱਥੋਂ ਜਾਣਾ, ਜਿਹਨੇ ਸਾਨੂੰ ਚੇਤੇ ਕਰਾ ਦਿੱਤਾ ਕਿ ਤੂੰ ਮੁਸਾਫਰ ਹੈ, ਪੱਕਾ ਨਹੀਂ, ਤੂੰ ਇੱਥੇ ਪੀ ਆਰ ਨਹੀਂ ਹੈਗਾ। ਪੀ ਆਰ ਦਾ ਰੌਲਾ ਪੈਂਦਾ ਨਾ ਅੱਜ ਕੱਲ੍ਹ ਜ਼ਿਆਦਾ, ਵੀ ਉੱਥੇ ਪੀ ਆਰ ਹੋ ਗਿਆ ਜੀ, ਮੈਂ ਉੱਥੇ ਸਾਨੂੰ ਪੀ ਆਰ ਮਿਲ ਗਿਆ ਜੀ। ਪੀ ਆਰ ਕੋਈ ਵੀ ਨਹੀਂ ਹੈਗਾ ਕਿਤੇ ਵੀ, ਇੱਥੇ ਸਿਮਰਨ ਪਰਮਾਨੈਂਟ ਇੱਥੇ ਕੋਈ ਵੀ ਨਹੀਂ ਹੈ। ਜਦੋਂ ਗੁਰੂ ਕੋਲ ਆਏ ਤਾਂ ਸਾਨੂੰ ਪਤਾ ਲੱਗਿਆ ਕਿ ਅਸੀਂ ਇੱਥੋਂ ਜਾਣਾ। ਵੇਖੋ ਜੇ ਕੋਈ ਬੰਦਾ ਕਿਰਾਏ 'ਤੇ ਰਹਿੰਦਾ ਹੋਵੇ ਨਾ, ਉਹ ਕਦੇ ਵੀ ਉਸ ਮਕਾਨ ਨਾਲ ਮੋਹ ਨਹੀਂ ਪਾਉਂਦਾ, ਉਹਨੂੰ ਪਤਾ ਕਿ ਮੇਰਾ ਨਹੀਂ, ਮੈਂ ਤਾਂ ਕਿਰਾਏ 'ਤੇ ਹਾਂ। ਅਤੇ ਫਿਰ ਇਹ ਸਰੀਰ ਦਾ ਮੋਹ ਵੀ ਉਹ ਗੁਰਮੁਖ ਨਹੀਂ ਪਾਉਂਦੇ, ਉਹਨਾਂ ਨੂੰ ਪਤਾ ਕਿ ਇਹ ਕਿਰਾਏ 'ਤੇ ਹੈ, ਇਹਨੂੰ ਕਦੋਂ ਵੀ ਛੱਡਣਾ ਪੈ ਸਕਦਾ। ਲਾਹਾ ਨਾਮ ਸੋ ਸਾਰ ਸ਼ਬਦ ਸਮਾਣਿਆ। ਇਸ ਕਰਕੇ ਮਾਇਆ ਕਰੇ ਉਹਨਾਂ ਨੇ ਸਭ ਤੋਂ ਉੱਤਮ ਉਸ ਪਰਮਾਤਮਾ ਦੇ ਨਾਮ ਦਾ ਲਾਹਾ ਲਿਆ, ਇਸ ਕਰਕੇ ਉਹ ਸ਼ਬਦ ਨਾਲ ਜੁੜ ਗਏ, ਉਹ ਸ਼ਬਦ ਨਾਲ ਜੁੜ ਗਏ ਪੂਰੀ ਤਰ੍ਹਾਂ। ਉਹਨਾਂ ਨੂੰ ਪਤਾ ਲੱਗ ਗਿਆ, ਗੁਰੂ ਦੇ ਉਪਦੇਸ਼ ਨੂੰ ਧਾਰਨ ਕਰ ਲਿਆ ਉਹਨਾਂ ਨੇ ਕਿ ਸਭ ਤੋਂ ਸ੍ਰੇਸ਼ਟ ਫਿਰ ਇਹੀ ਹੈ ਦੁਨੀਆਂ ਦੇ ਉੱਤੇ। ਪੂਰਬ ਲਿਖੇ ਦੇਸ ਆਏ ਮਾਇਆ, ਚੱਲਣ ਅੱਜ ਕੇ ਕੱਲ ਧੁਰੋਂ ਫਰਮਾਇਆ। ਮੈਂ ਕਰੇ ਐ ਮੇਰੀ ਮਾਂ, ਇਹ ਪੂਰਬ ਲਿਖੇ ਡੇਹ ਦਾ ਭਾਵ ਹੈ ਦਿਨ, ਇਹ ਪਹਿਲਾਂ ਤੋਂ ਹੀ ਲਿਖੇ ਹੋਏ ਨੇ ਦਿਨ ਸਾਡੇ। ਜਿੰਨਾ ਚਿਰ ਅਸੀਂ ਜਿਉਣਾ ਹੈ, ਮਾਤਾ ਦੇ ਪੇਟ ਵਿੱਚ ਹੀ ਸਾਡਾ ਮੁਕੰਮਲ ਹੋ ਗਿਆ ਸਾਰਾ। ਜਦੋਂ ਅਸੀਂ ਸੰਸਾਰ 'ਤੇ ਆਏ ਤਾਂ ਆਪਣਾ ਸਾਰਾ ਜੋ ਕੁਛ ਪਾਇਆ ਸੋ ਏਕਾ ਵਾਰ ਸਾਨੂੰ ਮਹਾਰਾਜ ਨੇ ਦੇ ਕੇ ਤੋਰਿਆ ਸਾਰਾ ਕੁਛ। ਇੰਨਾ ਚਿਰ ਜਿਉਂਗਾ, ਇੰਨੇ ਸਵਾਸ ਨੇ, ਇੰਨਾ ਖਾਣਾ, ਇੰਨਾ ਦਾਣਾ, ਇੰਨਾ ਚਿਰ ਸੰਸਾਰ 'ਤੇ ਰਹਿਣਾ, ਇਹੋ ਜਿਹਾ ਕੱਦ ਕਾਟ ਹੈ, ਇਹੋ ਜਿਹੇ ਰੰਗ ਰੂਪ ਹੋਏਗਾ, ਕੁਦਰਤੀ ਇਹ ਕੋਈ ਇਹੋ ਜਿਹਾ ਸੁਭਾਅ ਹੋਏਗਾ, ਇਹ ਸਾਨੂੰ ਲੈ ਕੇ ਆਏ ਕੁਛ ਚੀਜ਼ਾਂ ਨਾਲ ਅਸੀਂ, ਪਰ ਉਹਨੂੰ ਬਿਹਤਰ ਬਣਾਉਣਾ ਸੀ ਹੋਰ ਗੁਰੂ ਨਾਲ ਜੁੜ ਕੇ। ਪਰ ਅਸੀਂ ਜੋ ਆਏ ਤਾਂ ਮੂਲ ਵੀ ਗਵਾ ਕੇ ਚਲੇ ਗਏ, ਜੇ ਮਨ ਦੇ ਪਿੱਛੇ ਲੱਗੇ ਤਾਂ ਮੂਲ ਗਵਾ ਕੇ ਚਲੇ ਗਏ, ਅਤੇ ਜੇ ਗੁਰੂ ਦੇ ਪਿੱਛੇ ਲੱਗੇ ਤਾਂ ਕੁਝ ਲਾਹਾ ਲੈ ਗਏ। ਤਾਂ ਹੀ ਮੈਂ ਕਹਿੰਦਾ ਤੂੰ ਆਇਆ ਪ੍ਰਾਣੀ, ਤੂੰ ਆਇਆ ਲਾਹਾ ਲੈਣ, ਲੱਗਾ ਕਿ ਤੱਕ ਫਕੜੇ ਸਭ ਮੁੱਕਦੀ ਚੱਲੀ ਰਹੇ। ਇਸ ਕਰਕੇ ਮਾਰੇ ਕਹਿੰਦੇ ਧੁਰੋਂ ਚੱਲਣ ਅੱਜ ਕੇ ਕੱਲ ਧੁਰੋਂ ਫਰਮਾਇਆ। ਬਿਰਥਾ ਜਨਮ ਤਿਨਾ ਜਿੰਨੀ ਨਾ ਵਿਸਾਰਿਆ। ਮਨੁੱਖਾ ਜਨਮ ਮਿਲਿਆ ਸੀ ਉਹਨਾਂ ਨੂੰ, ਕਹਿੰਦੇ ਵਿਅਰਥ ਗਵਾ ਬੈਠੇ ਜਿਨ੍ਹਾਂ ਨੇ ਨਾਮ ਨੂੰ ਵਿਸਾਰ ਦਿੱਤਾ। ਇੱਥੇ ਜਨਮ ਮੰਮੀ ਥੱਲੇ ਔਂਕੜਿਆ, ਜਨਮ ਜਨਮ ਤੋਂ ਭਾਵ ਹੈ ਮਨੁੱਖਾ ਜਨਮ, ਮਨੁੱਖਾ ਜਨਮ ਮਿਲਿਆ ਸੀ ਬੜਾ ਵਧੀਆ, ਪਰ ਕਿਉਂਕਿ ਨਾਮ ਨੂੰ ਵਿਸਾਰ ਬੈਠੇ ਇਸ ਕਰਕੇ ਵਿਅਰਥ ਚਲੇ ਗਏ। ਜੂਐ ਖੇਲਣ ਜੱਗ ਕਿ ਇਹ ਮਨ ਹਾਰਿਆ, ਕਿਉਂਕਿ ਮਨ ਹਾਰ ਬੈਠੇ ਆਪਣਾ ਜੂਏ ਵਾਂਗੂ। ਇਹ ਸੰਸਾਰ ਵਿੱਚ ਜਿਵੇਂ ਜੁਆਰੀ ਹਾਰ ਕੇ ਚਲਾ ਜਾਂਦਾ ਹੈ ਨਾ, ਕਹਿੰਦੇ ਉਹ ਚਲੇ ਗਏ। ਜੀਵਨ ਮਰਨ ਸੁੱਖ ਹੋਏ ਜਿਨ੍ਹਾਂ ਗੁਰ ਪਾਇਆ। ਜਿਨ੍ਹਾਂ ਨੇ ਗੁਰੂ ਨੂੰ ਪ੍ਰਾਪਤ ਕਰ ਲਿਆ, ਗਿਆਨ ਹਾਸਲ ਕਰ ਲਿਆ, ਉਹਨਾਂ ਲਈ ਜੰਮਣ ਵਿੱਚ ਵੀ
ਸੁੱਖ ਹੈ, ਮੌਤ ਵਿੱਚ ਵੀ ਸੁੱਖ ਹੈ। ਜਿਸ ਮਰਨੇ ਤੇ ਜੱਗ ਡਰੈ, ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾ ਆਨੰਦ। ਉਹ ਫਿਰ ਇਹ ਕਹਿੰਦੇ ਨੇ ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਕਿ ਜੀਵਨ ਦਾ ਸਭ ਤੋਂ ਮੂਲ ਜਿਹੜਾ ਆਨੰਦ ਹੈ ਉਹ ਵੈਸੇ ਮੌਤ ਵਿੱਚ ਹੀ ਹੈ। ਡਰਨਾ ਨਹੀਂ ਚਾਹੀਦਾ ਮੌਤ ਤੋਂ, ਮੌਤ ਵਿੱਚ ਆਨੰਦ ਹੈ। ਇਹ ਕਿਤੇ ਅਨੁਭਵ ਕਰਕੇ ਵੇਖਿਓ। ਅਸੀਂ ਹਰ ਰੋਜ਼ ਮਰਨ ਦਾ ਅਭਿਆਸ ਕਰਦੇ ਹਾਂ, ਜਦੋਂ ਸੌਂਦੇ ਹਾਂ ਮਰਨ ਦਾ ਅਭਿਆਸ ਕਰਦੇ ਪਏ ਅਸੀਂ ਹਰ ਰੋਜ਼। ਜਦੋਂ ਸੌਂ ਕੇ ਉੱਠਦੇ ਹਾਂ ਫਰੈਸ਼ ਉੱਠਦੇ ਹਾਂ ਨਾ, ਫਿਰ ਇਸ ਤਰ੍ਹਾਂ ਹੀ ਜਦੋਂ ਬੰਦਾ ਮਰਦਾ ਹੈ, ਜਦੋਂ ਨਵੇਂ ਜਨਮ ਵਿੱਚ ਜਾਂਦਾ ਹੈ, ਸਾਰਾ ਕੁਝ ਹੀ ਫਰੈਸ਼ ਮਿਲਦਾ, ਫਿਰ ਸਾਰਾ ਕੁਝ ਹੀ ਫਰੈਸ਼ ਹੈ। ਅੱਗੋਂ ਸਰੀਰ ਵੀ ਨਵਾਂ ਹੈ, ਜਨਮ ਵੀ ਨਵਾਂ ਹੈ, ਲੋਕ ਵੀ ਨਵੇਂ। ਇਸ ਕਰਕੇ ਉਸ ਪਰਮਾਤਮਾ ਨਾਲ ਜੁੜਿਆ ਹੋਏ ਜਿਹੜੇ ਮਨੁੱਖ ਨੇ ਉਹ ਸਹੀ ਮਨਿਆਂ ਵਿੱਚ ਮੌਤ ਤੋਂ ਨਹੀਂ ਡਰਦੇ, ਭੱਜਦੇ ਨਹੀਂ। ਨਾਨਕ ਸੱਚੇ ਸੱਚ ਸੱਚ ਸਮਾਇਆ। ਇੱਥੇ ਫਿਰ ਮਹਾਰਾਜ ਕਹਿੰਦੇ ਨਾਨਕ ਸੱਚੇ ਸੱਚ, ਕਿਉਂਕਿ ਉਹਨਾਂ ਨੇ ਸੱਚ ਕਰਕੇ ਸੱਚੇ ਨੇ ਉਹ ਸਹੀ ਬਣੇ, ਸਚਿਆਰ ਜੀਵਨ ਹੈ ਉਹਨਾਂ ਦਾ। ਉਹ ਇਸ ਕਰਕੇ ਉਹ ਸੱਚ ਵਿੱਚ ਜਾ ਸਮਾਏ। ਜਪਜੀ ਸਾਹਿਬ ਦੀ ਪਹਿਲੀ ਪੌੜੀ ਆਪਾਂ ਪੜ੍ਹਦੇ ਹਾਂ, ਇਹ ਸਾਨੂੰ ਚੇਤੇ ਰੱਖਣੀ ਚਾਹੀਦੀ ਹੈ ਕਿ ਜੇ ਸੱਚ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਜੀਵਨ ਸਚਿਆਰ ਹੋਣਾ ਪਏਗਾ। ਕਿ ਕਿਵੇਂ ਸਚਿਆਰਾ ਹੋਈ ਹੈ, ਕਿ ਕੂੜਾ ਹੈ ਟੁੱਟਾ ਪਾਰ। ਇਹ ਕੂੜ ਦੀ ਕੰਧ ਤਾਂ ਟੁੱਟੇਗੀ ਜਦ ਤੱਕ ਅਸੀਂ ਸਚਿਆਰ ਨਹੀਂ ਹੁੰਦੇ, ਤੇ ਸਚਿਆਰ ਹੋ ਕੇ ਹੀ ਸੱਚ ਨੂੰ ਪਾਇਆ ਜਾ ਸਕਦਾ। ਤੇ ਤਾਂ ਮਹਾਰਾਜ ਕਹਿੰਦੇ ਸੱਚੇ ਸੱਚ ਸੱਚ ਸਮਾਇਆ, ਉਹ ਸੱਚ ਦੁਆਰਾ ਉਹਦੇ ਵਿੱਚ ਜਾ ਸਮਾਏ, ਕਿਉਂਕਿ ਉਹ ਅੰਦਰੋਂ ਬਾਹਰੋਂ ਸੱਚੇ ਨੇ। ਅੰਦਰੋਂ ਨਿਰਮਲ ਬਾਹਰੋਂ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੇ ਨਾਹੀ, ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖੱਟਿਆ ਭਲੇ ਸੇ ਬਣ ਜਾ ਰਹੇ। ਉਹ ਸਹੀ ਮਨ ਵਿੱਚ ਵਣਜ ਕਰਨ ਆਏ ਨੇ। ਇਸ ਕਰਕੇ ਬਾਣੀ ਨੂੰ ਸਮਝਦਿਆਂ ਹੋਇਆਂ ਜਾਣਦਿਆਂ ਹੋਇਆਂ ਮੌਤ ਤੋਂ ਨਾ ਡਰ, ਮਰਨਾ ਤੇ ਸੱਚ ਹੈ ਜਿਉਣਾ ਝੂਠ ਹੈ। ਜਿਨ੍ਹਾਂ ਨੇ ਇਹ ਗੱਲ ਨੂੰ ਮੰਨ ਲਿਆ, ਜਾਣ ਲਿਆ, ਚੱਲਣਾ ਕਬੂਲ ਲਿਆ, ਉਹ ਫਿਰ ਜ਼ਿੰਦਗੀ ਨੂੰ ਸਹੀ ਢੰਗ ਨਾਲ ਜਿਉਂਦੇ ਨੇ, ਵਧੀਆ ਤਰੀਕੇ ਨਾਲ ਜਿਉਂਦੇ ਨੇ ਤੇ ਆਨੰਦ ਨਾਲ ਜਿਉਂਦੇ ਨੇ। ਹਾਂਜੀ। ਆਸਾ ਮਹੱਲਾ ਚੌਥਾ। ਜਨਮ ਪਦਾਰਥ ਪਾਏ ਨਾਮ ਧਿਆਇਆ। ਜਨਮ ਪਦਾਰਥ ਪਾਏ ਨਾਮ ਧਿਆਇਆ। ਪ੍ਰਸਾਦੀ ਬੁਝ ਸੱਚ ਸਮਾਇਆ। ਗੁਰ ਪ੍ਰਸਾਦੀ ਬੁਝ ਸੱਚ ਸਮਾਇਆ। ਜਿਨ ਤੁਰ ਲਿਖਿਆ ਲੇਖ ਤਿੰਨੇ ਨਾਮ ਕਮਾਇਆ। ਜਿਨ ਤੁਰ ਲਿਖਿਆ ਲੇਖ ਤਿੰਨੇ ਨਾਮ ਕਮਾਇਆ। ਦਰ ਸੱਚੈ ਸਚਿਆਰ ਮਹਿਲ ਬੁਲਾਇਆ। ਦਰ ਸੱਚੈ ਸਚਿਆਰ ਮਹਿਲ ਬੁਲਾਇਆ। ਅੰਤਰ ਨਾਮ ਨਿਧਾਨ ਗੁਰਮੁਖ ਪਾਈਐ। ਅੰਤਰ ਨਾਮ ਨਿਧਾਨ ਗੁਰਮੁਖ ਪਾਈਐ। ਅੰਦਿਨ ਨਾਮ ਧਿਆਏ ਹਰ ਗੁਣ ਗਾਈਐ। ਅੰਦਿਨ ਨਾਮ ਧਿਆਏ ਹਰ ਗੁਣ ਗਾਈਐ। ਅੰਤਰ ਵਸਤ ਅਨੇਕ ਮਨ ਮੁਖ ਨਹੀਂ ਪਾਈਐ। ਅੰਤਰ ਵਸਤ ਅਨੇਕ ਮਨ ਮੁਖ ਨਹੀਂ ਪਾਈਐ। ਮੈਂ ਗਰਭੈ ਗਰਭ ਆਪ ਖੁਆਈਐ। ਮੈਂ ਗਰਭੈ ਗਰਭ ਆਪ ਖੁਆਈਐ। ਨਾਨਕ ਆਪੇ
ਆਪ ਖੁਆਈਐ ਨਾਨਕ ਆਪੇ ਆਪ ਆਪ ਖੁਆਈਐ ਗੁਰਮਤਿ ਮਨ ਪ੍ਰਗਾਸ ਸੱਚਾ ਪਾਈਐ ਗੁਰਮਤਿ ਮਨ ਪ੍ਰਗਾਸ ਸੱਚਾ ਪਾਈਐ ਆਸਾ ਮਹੱਲਾ ਚੌਥਾ ਜਨਮ ਪਦਾਰਥ ਪਾਏ ਨਾਮ ਧਿਆਇਆ ਗੁਰ ਪ੍ਰਸਾਦੀ ਬੁੱਝ ਸੱਚ ਸਮਾਇਆ ਚੌਥੀ ਪਾਤਸ਼ਾਹ ਮੈਂ ਕਹਿੰਦੇ ਜਨਮ ਪਦਾਰਥ ਦੁਨੀਆਂ ਦੇ ਚਾਰ ਪਦਾਰਥ ਮੰਨੇ ਗਏ ਨੇ ਧਰਮ ਅਰਥ ਕਾਮ ਮੋਕਸ਼ ਪਰ ਮਹਾਰਾਜ ਨੇ ਮਨੁੱਖਾ ਜਨਮ ਨੂੰ ਵੀ ਪਦਾਰਥ ਕਿਹਾ ਬੜਾ ਮਹਿੰਗਾ ਮਨੁੱਖਾ ਜਨਮ ਬਹੁਤ ਮਹਿੰਗਾ ਹੈ ਕਹਿੰਦੇ ਇਹ ਜਦੋਂ ਪਲਿਆ ਸਾਨੂੰ ਪ੍ਰਾਪਤ ਹੋਇਆ ਜਨਮ ਪਦਾਰਥ ਪਾਏ ਨਾਮ ਧਿਆਇਆ ਜਦੋਂ ਉਸ ਪਰਮਾਤਮਾ ਨਾਮ ਨੂੰ ਧਿਆਇਆ ਮਨੁੱਖਾ ਜਨਮ ਲੈ ਕੇ ਗੁਰਪ੍ਰਸਾਦੀ ਬੁੱਝ ਸੱਚ ਸਮਾਇਆ ਗੁਰੂ ਦੀ ਕਿਰਪਾ ਨਾਲ ਬੁੱਝ ਲਿਆ ਸਮਝ ਲਿਆ ਜਾਣ ਲਿਆ ਕਹਿੰਦੇ ਸੱਚ 'ਚ ਜਾ ਸਮਾਇਆ ਉਹਦੀ ਵੱਲੋਂ ਤੂੰ ਤੂੰ ਕਰਤਾ ਤੂੰ ਹੋਵਾ ਇਹ ਅਵਸਥਾ ਬਣ ਗਈ ਜਿਨ ਤੁਰ ਲਿਖਿਆ ਲੇਖ ਤਿੰਨੇ ਨਾਮ ਕਮਾਇਆ ਦਰ ਸੱਚੈ ਸਚਿਆਰ ਮਹਿਲ ਬੁਲਾਇਆ ਜਿਨ ਤੁਰ ਲਿਖਿਆ ਲੇਖ ਜਿਨ੍ਹਾਂ ਦੇ ਤੁਰ ਦਿਮਾਗ ਅੰਦਰ ਇਹ ਗੱਲ ਬੈਠ ਗਈ ਲਿਖਿਆ ਗਿਆ ਸਹੀ ਮਨ ਵਿੱਚ ਤਿੰਨੇ ਨਾਮ ਕਮਾਇਆ ਉਹਨਾਂ ਨੇ ਨਾਮ ਨੂੰ ਧਿਆਇਆ ਨਹੀਂ ਫਿਰ ਕਮਾਇਆ ਉਹਨਾਂ ਨੇ ਨਾਮ ਦੀ ਕਮਾਈ ਕੀਤੀ ਸਹੀ ਮਨ ਵਿੱਚ ਜਦੋਂ ਨਾਮ ਦੀ ਕਮਾਈ ਕੀਤੀ ਪ੍ਰੈਕਟੀਕਲੀ ਆਪਣਾ ਜੀਵਨ ਹੀ ਉਹੋ ਜਿਹਾ ਕਰ ਲਿਆ ਤੇ ਮੈਂ ਕਹਿੰਦੇ ਦਰ ਸੱਚਾ ਸਚਿਆਰ ਉਸ ਪਰਮਾਤਮਾ ਦੇ ਦਰ ਤੇ ਉਹ ਸੱਚੇ ਨੇ ਕਹਿੰਦੇ ਸੱਚੇ ਜੀਵਨ ਵਾਲੇ ਹੋ ਗਏ ਮਹਿਲ ਬੁਲਾਇਆ ਉਸ ਮਾਲਕ ਨੇ ਅੰਦਰ ਬੁਲਾ ਲਿਆ ਆਪਣੇ ਆਪਣੇ ਟਿਕਾਣੇ ਤੇ ਬੁਲਾ ਲਿਆ ਉਸ ਮਨੁੱਖ ਨੂੰ ਉਸ ਜੀਵ ਨੂੰ ਜਿਹੜੇ ਸਚਿਆਰ ਸਨ ਰਹਾਉ ਅੰਤਰ ਨਾਮ ਨਿਧਾਨ ਗੁਰਮੁਖ ਪਾਈਐ ਫਿਰ ਭੁਲੇਖਾ ਸਾਡਾ ਕੱਢਤਾ ਮਹਾਰਾਜ ਨੇ ਵੀ ਇਹ ਨਾਮ ਦਾ ਖਜ਼ਾਨਾ ਸ਼ਾਇਦ ਕਿਤੋਂ ਬਾਹਰੋਂ ਮਿਲੇਗਾ ਕਹਿੰਦੇ ਨਹੀਂ ਅੰਦਰ ਹੈ ਤੇਰੇ ਅੰਦਰ ਅੰਤਰ ਨਾਮ ਨਿਧਾਨ ਗੁਰਮੁਖ ਪਾਈਐ ਕਹਿੰਦੇ ਗੁਰੂ ਦਾ ਅਨੁਸਾਰੀ ਹੋ ਕੇ ਗੁਰੂ ਵਾਲਾ ਬਣ ਕੇ ਗੁਰਮੁਖ ਬਣ ਕੇ ਪਾਇਆ ਜਾਂਦਾ ਉਹਨੂੰ ਅਣਦਿਨ ਨਾਮ ਧਿਆਏ ਹਰ ਗੁਣ ਗਾਈਐ ਤੇ ਮਿਲੇਗਾ ਕਿਵੇਂ ਅਣਦਿਨ ਹਰ ਰੋਜ਼ ਉਸ ਪਰਮਾਤਮਾ ਨਾਮ ਨੂੰ ਧਿਆ ਉਹਦੇ ਗੁਣਾਂ ਨੂੰ ਗਾਉਣਾ ਕਰ ਤੈਨੂੰ ਉਹ ਨਾਮ ਦਾ ਖਜ਼ਾਨਾ ਪ੍ਰਾਪਤ ਹੋ ਜਾਏਗਾ ਇਹ ਗੱਲ ਚੌਥੇ ਪਾਤਸ਼ਾਹ ਕਹਿ ਨਹੀਂ ਰਹੇ ਲਿਖ ਕੇ ਦੇ ਗਏ ਸਾਨੂੰ ਤਾਂ ਕਿ ਅਸੀਂ ਪੜ੍ਹ ਲਈਏ ਵਿਚਾਰ ਲਈਏ ਅਸੀਂ ਤੁਰ ਪਈਏ ਉਸ ਰਾਹ ਤੇ ਅੰਤਰ ਵਸਤਾ ਅਨੇਕ ਮਨਮੁੱਖ ਨਹੀਂ ਪਾਈਐ ਕਹਿੰਦੇ ਇੱਕ ਨਹੀਂ ਸਾਡੇ ਇਸ ਹਿਰਦੇ ਰੂਪੀ ਇਸ ਸਰੀਰ ਵਿੱਚ ਸਕਾਇਆਂ ਵਿੱਚ ਅਨੇਕਾਂ ਵਸਤੂਆਂ ਨੇ ਸੱਤ ਸੰਤੋਖ ਦਇਆ ਧਰਮ ਸਹਿਜ ਜਦੋਂ ਖੰਡ ਪੜ੍ਹਦੇ ਹਾਂ ਨਾ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਉਹ ਅੱਗੇ ਜਾ ਕੇ ਜਦੋਂ ਪੰਜਾਂ ਖੰਡਾਂ 'ਚੋਂ ਸੱਚ ਖੰਡ ਵਸਿਆ ਨਿਰੰਕਾਰ ਕਰ ਕਰ ਵੇਖਿਆ ਨਦਰ ਨਿਹਾਲ ਉੱਥੇ ਪਹੁੰਚ ਜਾਂਦਾ ਬੰਦਾ ਉਸ ਅਵਸਥਾ 'ਤੇ ਜਿੱਥੇ ਸੱਚ ਖੰਡ ਭਾਵ ਜਿੱਥੇ ਸੱਚ ਹੀ ਸੱਚ ਹੈ ਉੱਥੇ ਉਹ ਬੰਦਾ ਪਹੁੰਚੇਗਾ ਉਹ ਜੀਵ ਪਹੁੰਚੇਗਾ ਜਿਹੜਾ ਸਚਿਆਰ ਹੈ ਅਤੇ ਤਾਂ ਮਾਰੇ ਕਹਿੰਦੇ ਅੰਤਰ ਵਸਤਾ ਅਨੇਕ ਵਸਤੂਆਂ ਤਾਂ ਬੜੀਆਂ ਨੇ ਪਰ ਮਨ ਦੇ ਪਿੱਛੇ ਲੱਗ ਕੇ ਆਪ ਉਦਰਾ ਬਣ ਕੇ ਉਹਨੂੰ ਨਹੀਂ ਪਾਇਆ ਜਾ ਸਕਦਾ ਹਉਮੈ ਗਰਭੈ ਗਰਭ ਆਪ ਖੁਆਈਐ ਕਿਉਂ ਵਿੱਚ ਹਉਮੈ ਭੀਤ ਕਰਾਰੀ ਹਉਮੈ ਕਰਕੇ ਹੰਕਾਰ ਕਰਕੇ ਗਰਭਿਆ ਹੋਇਆ ਅਨੁਸਾਰ ਹੰਕਾਰੀ ਹੋਇਆ ਅਤੇ ਹਰਜੂ ਹੰਕਾਰ ਨਾ ਭਾਵੇ ਅਤੇ ਉਹਨੇ ਉਸ ਪਰਮਾਤਮਾ ਤੋਂ ਆਪਣੇ ਆਪ ਨੂੰ ਵਿਛੋੜ ਲਿਆ
ਨਾਨਕ ਆਪੇ ਆਪ ਆਪ ਖੁਆਈਐ। ਚੌਥੇ ਪਾਤਸ਼ਾਹ ਫਿਰ ਕਹਿੰਦੇ ਨੇ ਕਿ ਅਸੀਂ ਆਪਣੇ ਆਪ ਹੀ ਉਸ ਮਾਲਕ ਨੂੰ ਆਪ ਵਿਛੋੜਿਆ। ਪੰਚਮ ਪਾਤਸ਼ਾਹ ਮਾਰ ਕਹਿੰਦੇ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲੋ ਰਾਮ। ਹੇ ਪ੍ਰਭੂ, ਅਸੀਂ ਕਿਰਤ ਤੇ ਕਰਮ ਕਰਕੇ ਤੇਥੋਂ ਵਿਛੜ ਗਏ। ਸਾਡੇ ਕਰਮ ਹੀ ਇਹੋ ਜਿਹੇ ਸਨ, ਸਾਡੀਆਂ ਕਰਤੂਤਾਂ ਹੀ ਇਹੋ ਜਿਹੀਆਂ ਸਨ, ਜਿਹਦੇ ਕਰਕੇ ਅਸੀਂ ਆਪਣੇ ਕੀਤੇ ਕਰਕੇ ਤੇਥੋਂ ਵਿਛੜ ਗਏ। ਤੁਸੀਂ ਕਿਰਪਾ ਕਰੋ। ਇੱਥੇ ਚੌਥੇ ਪਾਤਸ਼ਾਹ ਵੀ ਸਾਨੂੰ ਇਹ ਸਮਝਾਉਂਦੇ ਨੇ ਕਿ ਆਪਣੇ ਕੀਤੇ ਕਰਮਾਂ ਕਰਕੇ ਹੀ ਆਪ ਖੁਆਈ ਹੈ, ਆਪਣੇ ਆਪ ਨੂੰ ਗੁਆ ਲੈਂਦੇ ਹਾਂ, ਅਸੀਂ ਉਹ ਤੋਂ ਦੂਰ ਕਰ ਲੈਂਦੇ ਹਾਂ ਉਸ ਮਾਲਕ ਨਾਲ। ਨਾ ਗੁਰਮਤ ਮਨ ਪ੍ਰਗਾਸ ਸੱਚਾ ਪਾਈ ਹੈ, ਤੇ ਫਿਰ ਕੀ ਕਰਨਾ ਚਾਹੀਦਾ? ਮਹਾਰਾਜ ਨਾਲ ਉਪਦੇਸ਼ ਦਿੱਤਾ ਸਾਨੂੰ, ਦੱਸਤਾ। ਚੌਥੇ ਪਾਤਸ਼ਾਹ ਮਹਾਰਾਜ ਕਹਿੰਦੇ ਗੁਰੂ ਦੀ ਮੱਤ ਲੈ ਕੇ ਮਨ ਦੁਆਰਾ ਜਦੋਂ ਤੇਰੇ ਅੰਦਰ ਪ੍ਰਕਾਸ਼ ਹੋ ਜਾਏਗਾ ਗਿਆਨ ਦਾ, ਗੁਰੂ ਦਾ ਸੱਚਾ ਪਾਈ ਹੈ, ਕਹਿੰਦੇ ਉਹ ਸੱਚੇ ਨੂੰ ਪਾਇਆ ਜਾ ਸਕਦਾ। ਆਹ ਤਰੀਕਾ ਹੈ ਉਹਨੂੰ ਪਾਉਣ ਦਾ ਕਿ ਮਨ ਕਰਕੇ ਜਦੋਂ ਤੇਰੇ ਅੰਦਰੋਂ ਪ੍ਰਕਾਸ਼ ਹੋ ਗਿਆ, ਜਦੋਂ ਮਨ ਸੰਬੋਧਨ ਹੋਇਆ, ਮਨ ਲੱਟ ਲੱਟ ਕਰਕੇ ਬਲਿਆ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਜਦੋਂ ਗੁਰੂ ਦੀ ਮੱਤ ਲੈ ਕੇ ਇਹ ਮਨ ਉੱਧਰ ਨੂੰ ਤੁਰਿਆ, ਪ੍ਰੈਕਟੀਕਲੀ ਆਪਣੇ ਜੀਵਨ ਵਿੱਚ ਉਹਨੇ ਉਸ ਰਸਤੇ ਨੂੰ ਅਪਣਾ ਲਿਆ, ਸਹੀ ਮਨ ਵਿੱਚ ਸ਼ਬਦ ਦੀ ਕਮਾਈ ਕਰ ਲਈ ਜਦੋਂ, ਅਤੇ ਕਮਾ ਕੇ ਹੀ ਉਸ ਪਰਮਾਤਮਾ ਦੇ ਨਾਮ ਨੂੰ ਪ੍ਰਾਪਤ ਕੀਤਾ ਅਤੇ ਮਨੁੱਖਾ ਜਨਮ ਸਫਲ ਕਰਕੇ ਗਿਆ। ਆਓ, ਗੁਰੂ ਕਿਰਪਾ ਕਰੇ, ਗੁਰੂ ਬਖਸ਼ਿਸ਼ ਕਰੇ, ਇਹ ਨਾਮ ਦੀ ਦਾਤ ਸਾਡੀ ਝੋਲੀ ਪਵੇ, ਇਹ ਬਾਣੀ ਸਾਨੂੰ ਸਮਝ ਆਉਣ ਲੱਗ ਜਾਏ, ਅਤੇ ਗੁਰੂ ਕਿਰਪਾ ਕਰੇ ਇਹ ਮਨ ਸਾਡਾ ਆਪਣੇ ਨਾਲ ਜੋੜ ਲਏ, ਤਾਂ ਕਿ ਅਸੀਂ ਸੰਸਾਰ ਤੋਂ ਲੋਕ ਸੁਖੀਏ, ਪ੍ਰਲੋਕ ਸੁਹੇਲੇ ਹੋ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਮੇਰੇ ਰਾਮ ਹਮ ਬਾਰਕ ਹਰ ਪ੍ਰਭ ਕੇ ਹੈ ਏ ਆਣੇ, ਹਮ ਬਾਰਕ ਹਰ ਪ੍ਰਭ ਕੇ ਹੈ ਏ ਆਣੇ।